ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਪੰਜਾਬ ਪੁਲਿਸ ਦੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ, ਜਦੋਂ ਕਿ AGTF ਅਤੇ ਮੋਹਾਲੀ ਡਿਸਟ੍ਰਿਕਟ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਵਿੱਚ ਬੰਬੀਹਾ ਗਰੁੱਪ ਦੇ 4 ਕੀ ਓਪਰੇਟਿਵਸ ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਅਤੇ ਉਹਨਾਂ ਤੋਂ 4 ਸੋਫਿਸਟੀਕੇਟਡ ਪਿਸਟਲਸ ਅਤੇ 2 ਮੋਟਰਸਾਈਕਲਸ ਰਿਕਵਰ ਕੀਤੇ ਗਏ ਹਨ। ਇਹਨਾਂ ਦਾ ਏਮ ਫੈਸਟਿਵ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਟਾਰਗੇਟਿਡ ਕਿਲਿੰਗਸ ਕਰਕੇ ਡਿਸਰਪਸ਼ਨ ਫੈਲਾਉਣਾ ਸੀ ਅਤੇ ਇਕਨੋਮਿਕ ਇਨਸਟੇਬਿਲਿਟੀ ਸਟੇਟ ਦੇ ਵਿੱਚ ਲਿਆਉਣ ਦਾ ਏਮ ਸੀਗਾ, ਜਿਸ ਨੂੰ ਵਿਫਲ ਕਰਤਾ ਗਿਆ ਹੈਗਾ। ਇਹ ਜਿਹੜੇ 4 ਮੁਲਜ਼ਮ ਲਖਵੀਰ ਸਿੰਘ ਲੱਕੀ, ਰਵੀ ਕੁਮਾਰ ਫੌਜੀ, ਗੁਰਵਿੰਦਰ ਮੱਟੂ, ਜਤਿੰਦਰ ਸਿੰਘ ਸੋਨੀ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਦ ਅ ਬਰੇਟਾ ਪਿਸਟਲ ਅਦਰ ਸੋਫਿਸਟੀਕੇਟਡ ਵੈਪਨਸ। ਫਰਦਰ ਇਨਵੈਸਟੀਗੇਸ਼ਨਸ ਆਰ ਔਨ ਗੋਇੰਗ ਅਤੇ ਅੰਡਰ ਦੀ ਲੀਡਰਸ਼ਿਪ ਆਫ ਚੀਫ ਮਿਨਿਸਟਰ ਭਗਵੰਤ ਮਾਨ ਜੀ, ਪੰਜਾਬ ਪੁਲਿਸ ਇਜ਼ ਫੁੱਲੀ ਕਮਿਟਡ ਟੂ ਇਰਾਡੀਕੇਟ ਔਰਗਨਾਈਜ਼ਡ ਕ੍ਰਾਈਮ ਫਰੋਮ ਦੀ ਸਟੇਟ।